स्वागत है किसान वीरों तुहाडा सिदक डेयरी फार्मिंग दे विच। किसान वीरों अज जिहड़ी वीडियो बना रहे हैं पिंड झोक हरिहर इहनू जिला फिरोजपुर पैंदा, फिरोजपुर तो सादक श्री मुक्तसर साहब वाला जिहड़ा रोड है उस रोड के उत्ते नहरां दे नाल इह पिंड आउंदा है, झोक हरिहर पिंड का नाम है। तो जिथों मैं वीडियो बना रहा दसो मेरे ख्याल च मैं चौथी वीडियो बनाउण लगा क्योंकि इत्थे पेट्रोल पंप बाई जी होरां दा अपना ते उहदी बैक साइड दे उत्ते घरे दुध वास्ते रखिया भी गावां जां इह रख लो भी शौक है जिहदे करके पशु इत्थे काफ़ी सारे नग बाई जी रखते हैं, जिहदे च तुसीं देखोगे सामने थार पारकर नसल जां तुहानूं गिर दिसदी होणी है जिहदे ते मेन फोकस है ज़्यादा ध्यान है। मुरा नसल दे भी कोई नग चंगे जिहड़े इत्थे रोक लैंदे बाई जी होरी ते नाल जर्सी गावां भी इत्थे रखिया हुई हैं। अज एक वैड तुहानूं दिखाउणी है चंगे रिकार्ड की चंगे दुध वाली सोहनी वैड है, गब्बण है सून वाली है ते वाजब जी कीमत दे विच विक्री वास्ते अवेलेबल रहनी है। जिहड़ा वीर खरीदना चाहूगा आके तुसीं तसली कर सकते हो ते आपदी तसली ना खरीद लिओ। आओ गलबात करिए इहदे संबंधी फिर इह तुहानूं तोर के गां दिखाउणे आ। सत श्री अकाल जी। सत श्री अकाल भाई। नाम अपना? नाम हरपाल सिंह जी। ठीक है। अच्छा अज आपां इक जर्सी गां वेचनी है जी, ਕਿੰਨਵਾਂ ਸੂਆ ਸੋਣਾ ਨੇ? ਦੂਜੇ ਸੂਏ ਜੀ। ਦੂਜੇ ਸੂਏ? ਪਹਿਲੇ ਸੂਏ ਆਪਣੇ ਕੋਲ ਸੀ ਜਾਂ? ਪਹਿਲੇ ਸੂਏ ਲਿਆਂਦੀ ਸੀ ਜੀ ਆਪਾਂ। ਪਹਿਲੇ ਸੂਏ ਖਰੀਦੀ ਸੀ? ਹਾਂਜੀ। ਠੀਕ ਹੈ। ਕਿੰਨਾ ਦੁੱਧ ਦਿੱਤਾ ਪਹਿਲੇ? 18 ਕਿਲੋ ਜੀ। 18 ਕਿਲੋ ਪਹਿਲੇ ਸੂਏ ਦੁੱਧ ਸੀਗਾ। ਹੁਣ ਇਹਦੇ ਦਿਨ ਕਿੰਨੇ ਕੁ ਅੰਦਾਜ਼ਾ ਲੈ ਸਕਦੇ? ਪੂਰੇ ਹੈ ਮਤਲਬ 3-4 ਦਿਨ, ਭਾਵੇਂ ਵੱਧ ਤੋਂ ਵੱਧ ਲੈ ਸਕਦੇ 3-3 ਮਹੀਨੇ, ਜਾਣੀ ਉਹ ਦਿਨ 9 ਮਹੀਨੇ ਪੂਰੇ ਕਰ ਗਈ ਹੈ। ਪੂਰੇ ਕਰ ਗਈ ਹੈ। ਠੀਕ ਹੈ। ਤੇ ਦਿਨ ਹੁਣ ਉੱਤੇ ਲਊਗੀ ਜਿੰਨੇ ਵੀ ਲਊਗੀ? ਠੀਕ ਹੈ। ਸੀਮਨ ਦਾ ਕੁਝ ਧਿਆਨ ਚ ਹੈ ਕਿਹੜਾ ਲੱਗਾ? ਸੀਮਨ ਤੇ ਇੰਪੋਰਟਡ ਸੀਮਨ ਹੀ ਲੱਗਿਆ ਜਰਸੀ ਦਾ। ਠੀਕ ਹੈ। ਹਾਲੈਂਡ ਦਾ ਹੀ ਲੱਗਿਆ ਹੋਇਆ। ਲਿਖਿਆ ਹੋਊਗਾ ਆਪਣੇ ਕੋਲ? ਹਾਂ ਲਿਖਿਆ, ਸਟਰਾ ਹੈਗਾ ਮੇਰੇ ਕੋਲ। ਠੀਕ ਹੈ ਜੀ। ਇਹ ਰੇਟ ਕੀ ਰੱਖਾਂਗੇ ਆਪਾਂ? ਰੇਟ ਇਹਦਾ 65,000 ਜੀ। ਠੀਕ ਹੈ। ਦੋਸਤੋ ਦੂਜਾ ਸੂਆ ਸੋਣੀ ਹੈ, ਪਹਿਲੇ ਸੂਏ 18 ਕਿਲੋ ਦੁੱਧ ਦਿੱਤਾ ਹੈ। ਬਰੀਡ ਵਾਈਜ਼ ਟੌਪ ਹੈ, ਸੋਹਣੀ ਦਿਸਦੀ ਹੈ, ਤਿਆਰੀ ਵੀ ਚੰਗੀ ਹੈ। ਖੋਲੀ ਬਾਈ ਨੂੰ ਤੋਰ ਕੇ ਤੁਹਾਨੂੰ ਦਿਖਾਉਣੇ ਆ। ਸੀਮਨ ਜਿਹੜਾ ਲੱਗਾ ਹੈ ਉਹ ਇਹਨਾਂ ਕੋਲ ਇੱਕ ਰਜਿਸਟਰ ਹੈ ਜਿਹਦੇ 'ਚ ਸਾਰੇ ਪਸ਼ੂਆਂ ਦਾ ਡਾਟਾ ਹੁੰਦਾ, ਤਾਂ ਉਹ ਤੁਹਾਨੂੰ ਕਨਫਰਮ ਹੋ ਜਾਊਗਾ ਜਦੋਂ ਤੁਸੀਂ ਆਓਗੇ। 65,000 ਡਿਮਾਂਡ ਹੈ ਦੋਸਤੋ, ਦਿਨ 9 ਮਹੀਨੇ ਪੂਰੇ ਕਰ ਗਈ ਹੈ। ਥੱਲੇ ਨੂੰ ਤੋਰ ਲਾ ਬਈ, ਅਤੇ ਹੋ ਸਕਦਾ ਵੀ ਦਿਨ ਇਹ 3-4 ਹੋਰ ਲੈ ਜੇ। ਤਿਆਰੀ ਬਹੁਤ ਸੋਹਣੀ ਹੈ ਵੈੜ ਦੀ, ਥਣ ਦਾ ਸਾਈਜ਼ ਵੀ ਚੰਗਾ, ਥੋੜ੍ਹੇ ਜਿਹੇ ਥੱਲੋਂ 9 ਜਿਹੜੇ ਇਹਦੇ ਬਣਾਉਣ ਵਾਲੇ ਹੈ, ਜਿਹੜਾ ਵੀਰ ਖਰੀਦੂਗਾ ਜ਼ਰੂਰ ਧਿਆਨ 'ਚ ਰੱਖ ਲਿਓ। ਚੰਗਾ ਹਵਾਨਾ ਦਿਖਾਉਂਦੀ ਹੈ, 65,000 ਡਿਮਾਂਡ ਹੈ ਦੋਸਤੋ, ਸੋਹਣੀ ਜਰਸੀ ਫੋਰ ਸੇਲ ਹੈ। ਲਿਆ ਵੀਰੇ ਪਹਿਲੇ ਸੂਏ 18 ਕਿਲੋ ਦੁੱਧ ਦੇਣੇ ਦਿੱਤਾ, ਤਾਂ ਦੂਜਾ ਸੂਆ ਉਮੀਦ ਕਰ ਸਕਦੇ ਹਾਂ ਵੀ 20 ਤੋਂ ਪਲੱਸ ਚਲੀ ਜਾਊਗੀ। ਬਾਕੀ ਤੁਸੀਂ ਸੇਵਾ ਕਿੱਦਾਂ ਦੀ ਕਰੋਗੇ ਉਹਦੇ 'ਤੇ ਡਿਪੈਂਡ ਕਰੂ। ਖਰੀਦੀ ਇਹਨਾਂ ਨੇ ਪਿਛਲੇ ਸਾਲ ਇੱਕ ਫਾਰਮ ਦੇ ਵਿੱਚੋਂ ਸੀ ਜਦੋਂ ਪਹਿਲੇ ਸੂਏ ਇਹਨਾਂ ਕੋਲ ਆਈ ਹੈ। ਸੋ ਅੱਜ ਦੀ ਵੀਡੀਓ 'ਚ ਇਹੀ ਨਾਗ ਦੋਸਤੋ ਵਿਕਰੀ ਵਾਲਾ ਸੀਗਾ। ਹਵਾਨਾ ਤੁਹਾਨੂੰ ਮੈਂ ਫੇਰ ਜਦੋਂ ਇੱਥੇ ਵੀਰ ਨੇ ਬੰਨ੍ਹਤੀ ਉਦੋਂ ਨੇੜੇ ਤੋਂ ਵੀ ਦਿਖਾ ਦੂੰਗਾ। ਚੰਗਾ ਸਹਿਜ ਬੰਨ੍ਹਦੀ ਬਾਈ, ਅਤੇ ਬਰੀਕ ਬਿਲਕੁਲ ਸਕਿਨ ਹੈ, ਮਾਸ ਜਿਹੜਾ ਹਵਾਨੇ ਦਾ ਉਹ ਬਰੀਕ ਹੈ। ਹਜੇ ਜਦੋਂ ਨੇੜ ਆਊਗੀ ਸੂਣ ਦੇ ਤਾਂ ਉਦੋਂ ਹਵਾਨਾ ਹੋਰ ਭਰੂਗੀ। ਸੋ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ, ਥਣ ਦਾ ਸਹਿਜ ਇਹਦਾ ਹੱਥੀ ਚਵਾਈ ਵਾਲਾ ਸੋਹਣਾ। ਜਦੋਂ ਤੁਰਦੀ ਹੈ ਉਦੋਂ ਪਿਛਲੇ ਥਣਾਂ 'ਚ ਬਿੱਥੀ ਚੰਗੀ ਦਿਸਦੀ ਹੈ, ਖੜ੍ਹਦੀ ਹੈ ਉਦੋਂ ਥੋੜ੍ਹੇ ਜਿਹੇ ਥਣ ਨੇੜ ਕਰ ਲੈਂਦੀ ਹੈ। ਥਣ ਦਾ ਸਹਿਜ ਦੇਖ ਸਕਦੇ ਹੋ ਤੁਸੀਂ ਹੱਥੀ ਚਵਾਈ ਵਾਸਤੇ, ਠੀਕ ਹੈ। ਬਾਕੀ ਇੱਥੇ ਮੇਰੇ ਖਿਆਲ 'ਚ ਮਿਲਕਿੰਗ ਮਸ਼ੀਨ ਵੀ ਨਹੀਂ ਹੈ, ਚਵਾਈ ਜਿਹੜੀ ਉਹ ਹੱਥੀ ਹੁੰਦੀ ਹੈ ਪਸ਼ੂਆਂ ਦੀ। ਸੋ ਜਿਹਨੂੰ ਪਸੰਦ ਆਵੇ ਦੋਸਤੋ, ਅੱਜ ਦੀ ਵੀਡੀਓ 'ਚ ਇਹੀ ਨਾਗ ਸੀ, ਤੁਸੀਂ ਆ ਕੇ ਦੇਖ ਕੇ ਖਰੀਦ ਸਕਦੇ ਹੋ। ਮਿਹਰਬਾਨੀ।